whole team, the people on the dais. Binu Tillo ji, Karamjeet Anmol ji, Kavita Kaushik ma'am, Sade Director Saab Sameep sir, sir will welcome you to Chandigarh press conference. Manish Sali ji from OMG Group, jede worldwide movie sade release kar rahe ne. And our producers Amit Bhalla ji, Atul Bhalla ji from ANA Advisors. Recently, Carry On Chatta 2 also was produced by this production house. And this movie, Vadaiyan ji is also in association with Naughty Man Productions, Binu Tillo sir ji. So without wasting more time, I would request Sameep sir to initiate the press conference, followed by Binu ji, Kavita ji, Karamjeet Anmol ji and others. Thank you. Hello. हाँ जी सत श्री अकाल जी सारिआं नूं ते पहला थैंक यू जी तुसीं सारे आए साडे लई ते फिल्म दा नाम हैगा वधाइयां जी वधाइयां ट्रेलर तुसीं देख लिया जी आउटरनेट कॉमेडी हैगी आ ते जिहड़ी फ्लेवर जिहड़ा हैगा इहदा उही है जिवें कैरी ऑन चिट्टा 2 तुसीं पिछले महीने देखी सीगी ते उही सानूं इक डेट मनीष सानी साहब ने दसी सी कि 13 जुलाई तक जे फिल्म रेडी कर सकदे हो ਤਾਂ ਬਹੁਤ ਵਧੀਆ ਡੇਟ ਹੈ ਰਿਲੀਜ਼ ਦੀ ਸੋ ਆਪਣੀ ਅਸੀਂ ਜਲਦੀ ਜਲਦੀ ਕੋਸ਼ਿਸ਼ ਕੀਤੀ ਫਿਲਮ ਬਣਾ ਕੇ ਤੁਹਾਡੇ ਸਾਹਮਣੇ ਲੈ ਕੇ ਆਈਏ ਪੂਰੀ ਗਰਮੀ 'ਚ ਸ਼ੂਟ ਕੀਤੀ ਹੈ ਜੀ 40-45 ਡਿਗਰੀ 'ਚ ਔਰ ਮੇਰੀ ਵਰਗੇ ਭਾਰੀ ਭਾਰੀ ਬੰਦੇ ਲਈ ਤਾਂ 90 ਡਿਗਰੀ ਹੋ ਜਾਂਦਾ ਅਤੇ ਫਿਰ ਵੀ ਜੀ ਪੂਰੀ ਕੋਸ਼ਿਸ਼ ਕੀਤੀ ਹੈ ਕਿ ਵਧੀਆ ਫਿਲਮ ਬਣਾ ਕੇ ਤੁਹਾਡੇ ਅੱਗੇ ਲੈ ਕੇ ਆਈਏ ਅਤੇ ਬੜਾ ਮਜ਼ਾ ਆਇਆ ਫਿਲਮ ਬਣਾ ਕੇ ਅਤੇ ਉਮੀਦ ਕਰਦੇ ਹਾਂ ਕਿ ਸਾਰਿਆਂ ਨੂੰ ਦੇਖ ਕੇ ਵੀ ਓਨਾ ਹੀ ਮਜ਼ਾ ਆਊਗਾ ਜਿੰਨਾ ਸਾਨੂੰ ਬਣਾ ਕੇ ਆਇਆ ਅਤੇ ਲਓ ਜੀ ਥੈਂਕ ਯੂ ਭਾਅ ਜੀ ਥੈਂਕ ਯੂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਤੇ ਵੈਲਕਮ ਤੁਹਾਡਾ ਇੱਥੇ ਆਉਣ ਲਈ ਤੁਸੀਂ ਹਮੇਸ਼ਾ ਹੀ ਜਿਹੜੀ ਚੰਡੀਗੜ੍ਹ ਦੀ ਪ੍ਰੈਸ ਹੈ ਹਮੇਸ਼ਾ ਹੀ ਵੱਧ ਚੜ੍ਹ ਕੇ ਤੁਸੀਂ ਪੰਜਾਬੀ ਕਲਚਰ ਦਾ ਪੰਜਾਬੀ ਇੰਡਸਟਰੀ ਦਾ ਪੰਜਾਬੀ ਜ਼ਬਾਨ ਨੂੰ ਪ੍ਰਮੋਟ ਕਰਨ ਵਿੱਚ ਹਮੇਸ਼ਾ ਹੀ ਅੱਗੇ ਰਹਿੰਦੇ ਹੋ ਜੀ ਤੁਹਾਡਾ ਬਹੁਤ ਧੰਨਵਾਦ ਕਿਉਂਕਿ ਤੁਹਾਡੇ ਬਿਨਾਂ ਅਸੀਂ ਅਧੂਰੇ ਹਾਂ ਸਾਡੀ ਗੱਲ ਸਾਡੇ ਚਾਹੁਣ ਵਾਲਿਆਂ ਤੱਕ ਸਾਡੇ ਦਰਸ਼ਕਾਂ ਤੱਕ ਸਾਡੇ ਸਰੋਤਿਆਂ ਤੱਕ ਤੁਸੀਂ ਪਹੁੰਚਾਉਂਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਕੈਰੀ ਓਨ ਚਿੱਟਾ 2 ਨੂੰ ਅੱਜ ਤੱਕ ਦਾ ਬਿਗੈਸਟ ਓਪਨਿੰਗ ਆਪਾਂ ਕਹੀਏ ਵੀ ਉਹ ਸਭ ਤੁਹਾਡੀ ਬਦੌਲਤ ਹੈ ਕਿਉਂਕਿ ਤੁਸੀਂ ਬਹੁਤ ਵਧੀਆ ਵਧੀਆ ਲਿਖਦੇ ਹੋ ਅਤੇ ਜੇ ਵਧੀਆ ਫਿਲਮ ਹੋਵੇ ਤਾਂ ਵਧੀਆ ਲਿਖਦੇ ਹੋ ਜੇ ਮਾੜੀ ਹੈ ਤਾਂ ਮਾੜੀ ਲਿਖਦੇ ਹੋ ਇਹ ਸਾਡੀ ਫਿਲਮ ਆ ਰਹੀ ਹੈ ਜੀ ਵਧਾਈਆਂ ਜੀ ਵਧਾਈਆਂ ਕੱਲ੍ਹ ਨੂੰ ਰਿਲੀਜ਼ ਹੋਣੀ ਹੈ ਅਤੇ ਆਪਾਂ ਸਾਰੇ ਉਸ ਕਰਕੇ ਅੱਜ ਇਕੱਠੇ ਹੋਏ ਹਾਂ ਅਤੇ ਇੱਕ ਆਪਾਂ ਮੈਂ ਦਿਲ ਦੀ ਗੱਲ ਜੀ ਕਰਦਾ ਜਿਵੇਂ ਆਪਾਂ ਫਰੈਂਕਲੀ ਕਹੀਏ ਤਾਂ 2.5-3 ਘੰਟੇ ਦੀ ਫਿਲਮ ਦੇ ਵਿੱਚੋਂ 2-2.5 ਮਿੰਟ ਦੇ 3 ਮਿੰਟ ਦਾ ਪ੍ਰੋਮੋ ਕੱਟਣਾ ਟ੍ਰੇਲਰ ਕੱਟਣਾ ਬਹੁਤ ਈਜ਼ੀ ਹੁੰਦਾ ਆਪਣੇ ਦਰਸ਼ਕ ਨੂੰ ਪਟਾਉਣ ਵਾਸਤੇ ਵੀ ਤੂੰ ਸਿਨੇਮਾ ਘਰ ਤੱਕ ਆ ਜਾ ਪਰ ਮੈਂ ਇਸ ਗੱਲ ਦੀ ਗਰੰਟੀ ਲੈਂਦਾ ਵੀ ਅਸੀਂ ਕੌਨਫੀਡੈਂਟ ਹਾਂ ਇਹ 3 ਮਿੰਟ ਦਾ ਟ੍ਰੇਲਰ ਨਹੀਂ ਇਦੋਂ ਕਿਤੇ ਜ਼ਿਆਦਾ ਵਧੀਆ ਮੂਵੀ ਹੈ ਸਾਡੀ ਹੈ ਨਾ ਫੁੱਲ ਆਨ ਕਮੇਡੀ ਹੈਗੀ ਉਹ ਆਪਾਂ ਨੂੰ ਪਤਾ ਟ੍ਰੇਲਰ ਤੋਂ ਵੀ ਲੱਗਦਾ ਵੀ ਹੱਸਦੇ ਰਹਿਣਾ ਚਾਹੀਦਾ ਇੱਕ ਬੜਾ ਮੈਸੇਜ ਅੱਜ ਕੱਲ੍ਹ ਕਿਉਂਕਿ ਸਟ੍ਰੈਸ ਬਹੁਤ ਹੈ ਅਤੇ ਸਾਰੀ ਸਟਾਰ ਕਾਸਟ ਇਹਦੇ ਵਿੱਚ ਜਿਹੜੇ ਤੁਹਾਡੇ ਪਸੰਦੀਦਾ ਕਲਾਕਾਰ ਹੈਗੇ ਨੇ ਜੀ ਜਸਵਿੰਦਰ ਭੱਲਾ ਸਾਹਿਬ ਬੀ ਐਨ ਸ਼ਰਮਾ ਸਾਹਿਬ ਕਰਮਜੀਤ ਅਨਮੋਲ ਸਾਹਿਬ ਗੁਰਪ੍ਰੀਤ ਘੁੱਗੀ ਸਾਹਿਬ ਹਰਵੀ ਸੰਘਾ ਸਾਹਿਬ ਬਲਕੀਤ ਰੋਣੀ ਸਾਹਿਬ ਪ੍ਰਕਾਸ਼ ਗਾਧੂ ਸਾਹਿਬ ਸਾਡੇ ਸੀਨੀਅਰ ਸੀਗੇ ਮੈਡਮ ਰੂਪੀ ਮੈਡਮ ਜੀ ਸੀਮਾ ਕੌਸ਼ਲ ਜੀ ਅਤੇ ਉਪਾਸਨਾ ਸਿੰਘ ਮੈਡਮ ਅਤੇ ਬਾਕੀ ਕਵਿਤਾ ਕੌਸ਼ਿਕ ਤਾਂ ਹੈਗੇ ਨੇ ਸਾਡੀ ਦੂਜੀ ਫਿਲਮ ਹੈ ਜੀ ਅਤੇ ਏ ਐਂਡ ਏ ਐਡਵਾਈਜ਼ਰਸ ਅਤੇ ਨੋਟੀ ਮੈਨ ਪ੍ਰੋਡਕਸ਼ਨ ਰਲ ਕੇ ਇਹ ਮੂਵੀ ਬਣਾ ਜੁਆਇੰਟ ਵੈਂਚਰ ਦੇ ਵਿੱਚ ਅਸੀਂ ਰਿਲੀਜ਼ ਕਰ ਰਹੇ ਹਾਂ ਜੀ ਅਮਿਤ ਭੱਲਾ ਜੀ ਅਤੇ ਅਤੁਲ ਭੱਲਾ ਜੀ ਇਹਨਾਂ ਨੇ ਪਹਿਲੀ ਮੂਵੀ ਕੈਰੀ ਓਨ ਚਿੱਟਾ 2 ਬਣਾਈ ਸੀਗੀ ਜੀ ਅਤੇ ਜਿਹਨਾਂ ਤੋਂ ਬਿਨਾਂ ਮੂਵੀ ਬਣਾਉਣੀ ਵੈਸੇ ਸੌਖੀ ਹੈ ਲਾਉਣੀ ਬੜੀ ਔਖੀ ਹੈ ਜੀ ਓਮ ਜੀ ਗਰੁੱਪ ਦੇ ਵਿੱਚੋਂ ਮਨੀਸ਼ ਸਾਨੀ ਸਾਹਿਬ ਵਰਲਡ ਵਾਈਡ ਅਸੀਂ ਰਿਲੀਜ਼ ਕਰ ਰਹੇ ਹਾਂ ਔਰ ਅੱਜ ਤੱਕ ਦੀ ਮੇਰੇ ਖਿਆਲ ਬਿਗੈਸਟ ਰਿਲੀਜ਼ ਹੈ ਕੈਰੀ ਓਨ ਚਿੱਟਾ 2 ਨਾਲੋਂ ਵੀ ਵੱਡੀ ਰਿਲੀਜ਼ ਕਰ ਰਹੇ ਹਾਂ ਅਸੀਂ ਮੈਨੂੰ ਐਵੇਂ ਤੈਨੂੰ ਬਲੌਗ ਕਰਨਾ ਫੋਟੋ ਵਧੀਆ ਨਾ ਆ ਜੇ ਨਾ ਤੇ ਜੀ ਐਗਜੀਕਿਊਟ ਇਹਨੂੰ ਕੀਤਾ ਜੀ ਸੁਮੀਪ ਕੰਗ ਸਾਹਿਬ ਨੇ ਜਦੋਂ ਸੁਮੀਪ ਕੰਗ ਸਾਹਿਬ ਦਾ ਨਾਂ ਕਿਸੇ ਫਿਲਮ ਨਾਲ ਜੁੜਦਾ ਹੈ ਤਾਂ ਮੈਂ ਮੰਨਦਾ ਵੀ ਉਹ ਰੋਂਦੀ ਧੋਂਦੀ ਫਿਲਮ ਹੋ ਹੀ ਨਹੀਂ ਸਕਦੀ ਹੱਸਣ ਖੇਡਣ ਵਾਲੀ ਫਿਲਮ ਹੁੰਦੀ ਹੈ ਲਾਈਟ ਹਾਰਟਡ ਮੂਵੀ ਹੁੰਦੀ ਹੈ ਜੀ ਅਤੇ ਉਹੀ ਅਸੀਂ ਕੋਸ਼ਿਸ਼ ਕੀਤੀ ਆਪਣੇ ਵੱਲੋਂ ਬਹੁਤ ਵਧੀਆ ਫਿਲਮ ਤੁਹਾਡੇ ਸਾਹਮਣੇ ਲੈ ਕੇ ਆਈਏ ਅਤੇ ਇੱਕੋ ਬੇਨਤੀ ਫਿਰ ਦੁਬਾਰੇ ਕਰਦਾ ਜੀ ਜੇ ਤੁਹਾਨੂੰ ਫਿਲਮ ਵਧੀਆ ਲੱਗੀ ਹੁਣ ਤਾਂ ਚੱਲ ਜ਼ਿਆਦਾ ਟਾਈਮ ਵੀ ਨਹੀਂ ਰਹਿ ਗਿਆ ਕਹਿੰਦੇ ਨਾਈਆ ਵਾਲ ਕੱਢੀਗਾ ਕਹਿੰਦੇ ਜਜ਼ਮਾਨਾ ਮੂਹਰੇ ਕਰਨੇ ਆ ਕੱਲ੍ਹ ਗਿਰ ਜਾਣੇ ਤੁਹਾਡੇ ਮੂਹਰੇ ਤੁਹਾਨੂੰ ਜੇ ਵਧੀਆ ਲੱਗੀ ਕਿਸੇ ਪਾਸੇ ਹੁਣ ਤੁਹਾਡੇ ਦਿਲ ਨੂੰ ਤਾਂ ਵਧੀਆ ਜ਼ਰੂਰ ਲਿਖਿਓ ਥੈਂਕ ਯੂ ਸੋ ਮਚ ਐਂਡ ਗੋਡ ਬਲੈਸ ਯੂ ਆਲ ਜੀ ਮੈਂ ਹੁਣ ਕਵਿਤਾ ਜੀ ਨੂੰ ਬੇਨਤੀ ਕਰਦਾ 2 ਸ਼ਬਦ ਤੁਹਾਡੇ ਨਾਲ ਸਾਂਝੇ ਕਰਨ ਦੀ हेलो एवरीवन चंडीगढ़ प्रेस हम लोग पिछले 10 दिनों से पंजाब टूर पे हैं प्रमोशंस कर रहे हैं हर जगह बहुत प्यार मिला एंड बट आई जस्ट वांट टू टेल ऑल ऑफ यू दैट आई लव चंडीगढ़ प्रेस यू गाइस आर अमेजिंग जिस तरीके से आप लोग लिखते हो जो सवाल आप लोग पूछते हो फिर जो छपता है कभी ऐसा नहीं होता कि बोला कुछ और है लिख कुछ और गया या कोई भी शिकायत का आप मौका नहीं देते हो तो सारी बातें बिन्नू जी ने कह ही दी है मैं और ज्यादा इसको इलोंगेट ना करते हुए यही बोलूंगी गो वॉच द फिल्म
If you like it, spread the word. Thank you very much. Karmjeet Anmol sahab. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਦੱਸ ਹੀ ਦਿੱਤਾ ਪਹਿਲਾਂ ਕਿ ਮੂਵੀ ਸਾਡੀ ਬਹੁਤ ਵਧੀਆ ਜੀ ਬਿਗੈਸਟ ਰਿਲੀਜ਼ ਹੋਣੀ ਹੈ ਜੀ ਕਿਉਂਕਿ ਪਿਛਲੀ ਫਿਲਮ ਤੋਂ ਸਾਡੀ ਕੈਰੀਅਮ ਜੱਟਾਂ ਤੋਂ ਸਾਡੇ ਲਈ ਇੱਕ ਹੋਰ ਪੰਜਾਬ ਪਾਕਿਸਤਾਨ ਦਾ ਪੰਜਾਬ ਵੀ ਖੁੱਲ੍ਹ ਗਿਆ ਜੀ ਉਹ ਵੀ ਬਲਕਿ ਇਹ ਤੋਂ ਵੱਡਾ ਪੰਜਾਬ ਹੈ ਜੀ ਸਾਡੀ ਇੰਡਸਟਰੀ ਦੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਦਿਨ ਬ ਦਿਨ ਸਾਡੀ ਪੰਜਾਬੀ ਇੰਡਸਟਰੀ ਦਾ ਦਾਇਰਾ ਹੋਰ ਵਿਸ਼ਾਲ ਹੁੰਦਾ ਜਾ ਰਿਹਾ ਹੋਰ ਮੁਲਕਾਂ ਦੇ ਵਿੱਚ ਵੀ ਮੇਰਾ ਖਿਆਲ ਹੈ ਵੀ ਕੋਈ ਐਸਾ ਮੁਲਕ ਨਹੀਂ ਹੋਣਾ ਜਿੱਥੇ ਪੰਜਾਬੀ ਨਹੀਂ ਪਰ ਹੁਣ ਆਉਣ ਵਾਲੇ ਸਮੇਂ 'ਚ ਇਹ ਲੱਗਦਾ ਓਮ ਜੀ ਹੋਣਾ ਦੇ ਉਪਰਾਲੇ ਦੇ ਸਦਕਾ ਇਹਨਾਂ ਦੇ ਗਰੁੱਪ ਦੇ ਸਦਕਾ ਮਨੀਸ਼ ਜੀ ਦੇ ਸਦਕਾ ਕਿ ਜਿੱਥੇ ਪੰਜਾਬੀ ਨੇ ਉੱਥੇ ਪੰਜਾਬੀ ਫਿਲਮ ਵੀ ਲੱਗਣੀ ਹੈ ਲੱਗਣੀ ਹੈ ਕਿਉਂਕਿ ਇਸ ਵਾਰ ਪੁਰਤਗਾਲ ਦੇ ਵਿੱਚ ਵੀ ਲੱਗ ਰਹੀ ਹੈ ਸਪੇਨ ਹੋਰ ਕਿੰਨੇ ਹੀ ਨਵੇਂ ਜਿਹੜੇ ਕੰਟਰੀਜ਼ ਨੇ ਉਹਨਾਂ ਦੇ ਵਿੱਚ ਫਿਲਮ ਰਿਲੀਜ਼ ਹੋ ਰਹੀ ਹੈ ਜੀ ਸਾਡੇ ਲਈ ਇਹ ਵਧਾਈਆਂ ਵਾਲੀ ਗੱਲ ਹੈ ਸਾਡੇ ਪੂਰੇ ਪੰਜਾਬੀਆਂ ਲਈ ਇਕੱਲੀ ਪੰਜਾਬੀ ਇੰਡਸਟਰੀ ਦੇ ਲਈ ਨਹੀਂ ਸੋ NRI ਵੀਰ ਤਾਂ ਪਹਿਲਾਂ ਵੀ ਬਹੁਤ ਦੁਆਵਾਂ ਦਿੰਦੇ ਨੇ ਕਲਾਕਾਰਾਂ ਨੂੰ ਕਿ ਤੁਸੀਂ ਤੁਹਾਡੀਆਂ ਫਿਲਮਾਂ ਕਰਕੇ ਸਾਡੇ ਬੱਚੇ ਪੰਜਾਬੀ ਦੇ ਨਾਲ ਜੁੜ ਰਹੇ ਨੇ ਔਰ ਜੇ ਕਹਿੰਦੇ ਕਿਸੇ ਨੂੰ ਅਸੀਸ ਦੇਣੀ ਹੋਵੇ ਤਾਂ ਕਹਿੰਦੇ ਵੀ ਜਾ ਤੇਰੀ ਲੋਕ ਗੀਤ ਜਿੰਨੀ ਉਮਰ ਹੋਵੇ ਜੇ ਕਿਸੇ ਨੂੰ ਬਦਦੁਆ ਦੇਣੀ ਹੈ ਤਾਂ ਕਹਿੰਦੇ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜੀ ਜਿਹਨੂੰ ਮਾਂ ਬੋਲੀ ਭੁੱਲ ਗਈ ਉਹਦਾ ਮਤਲਬ ਮੁਰਦੇ ਵਰਗੀ ਜ਼ਿੰਦਗੀ ਹੁੰਦੀ ਹੈ ਸੋ ਸਾਡੀ ਮਾਂ ਬੋਲੀ ਫਿਲਮਾਂ ਦੇ ਜ਼ਰੀਏ ਬਾਹਰਲੇ ਮੁਲਕਾਂ ਦੇ ਵਿੱਚ ਵੀ ਜਿਉਂਦੀ ਰਹਿ ਰਹੀ ਹੈ ਇਸ ਦੇ ਅਸੀਂ ਸਾਰੇ ਪੰਜਾਬੀ ਵਧਾਈ ਦੇ ਪਾਤਰ ਹਾਂ ਜੀ ਅਤੇ ਸਾਡੀ ਪੰਜਾਬੀ ਫਿਲਮ ਇਹ ਜਿਹੜੀ ਆਉਣ ਵਾਲੀ ਹੈ ਕੱਲ੍ਹੋਂ ਵਧਾਈਆਂ ਜੀ ਵਧਾਈਆਂ ਇਹ ਤੁਹਾਨੂੰ ਬਹੁਤ ਹਸਾਊਗੀ ਜਿਵੇਂ ਕਹਿ ਰਹੀ ਹਾਂ ਜੱਟਾਂ ਨੇ ਤੁਹਾਨੂੰ ਹਸਾਇਆ ਉਸ ਤੋਂ ਡਬਲ ਡੋਜ਼ ਹੈ ਜੀ ਹਾਸੇ ਦੀ ਇਹਦੇ ਵਿੱਚ ਥੈਂਕ ਯੂ ਰਣਜੀਤ ਬਾਵਾ ਨਛੱਤਰ ਗਿੱਲ ਸਾਹਿਬ ਕਰਮਜੀਤ ਅਨਮੋਲ ਵੀਰੇ ਨੇ ਬਹੁਤ ਕਮਾਲ ਦਾ ਗੀਤ ਗਾਇਆ ਮੇਰਾ ਫੇਵਰੇਟ ਹੈ ਤੁਹਾਨੂੰ ਸੁਣਾਵਾਂਗੇ ਜੀ ਹੁਣੀ ਤੇ ਗੁਰਮੇਜ ਅਖਤਰ ਤੇ ਸੁਨੀਧੀ ਚੌਹਾਨ ਉਹਨਾਂ ਨੇ ਗਾਣੇ ਗਾਏ ਜਤਿੰਦਰ ਸ਼ਾਹ ਹੋਣਾ ਨੇ ਇਹਦਾ ਮਿਊਜ਼ਿਕ ਦਿੱਤਾ ਜੀ ਜਿਹੜੀ ਸਟੋਰੀ ਸਕ੍ਰੀਨ ਪਲੇ ਸੀਗਾ ਉਹ ਸੁਨੀਪ ਕੰਗ ਸਾਹਿਬ ਤੇ ਬਹਿਬਬ ਸਾਹਿਬ ਦਾ ਸੀਗਾ ਜੀ ਤੇ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਦੋ ਬੋਲ ਸੁਣੀ ਲਈਏ ਬਹੁਤ ਪਿਆਰਾ ਗੀਤ ਹੈ ਜੀ ਸੁਣਾ ਦਈਏ ਕਰੀ ਕਰਮਜੀਤ ਵੀਰੇ ਉਹ ਫਿਲਮ ਵਾਲਾ ਗੀਤ ਸੁਣਾ ਦਿਓ ਔਰ ਤੁਹਾਨੂੰ ਬਾਕੀ ਬਹੁਤ ਵਧੀਆ ਲੱਗੂਗਾ ਜੀ ਸੂਰਤ ਯਾਰ ਦੀ ਸ਼ੀਸ਼ਾ ਜੇ ਹੋਏ ਮੇਰਾ ਪਲ ਪਲ ਬਾਅਦ ਮੈਂ ਸਾਹਮਣੇ ਖੜੀ ਜਾਵਾਂ ਜ਼ੁਲਫ ਯਾਰ ਦੀ ਜੇਕਰ ਜਾਲ ਹੋਵੇ ਜਾਣ ਬੁੱਝ ਕੇ ਜਾਲ ਵਿੱਚ ਅੜੀ ਜਾਵਾਂ ਜਾਣ ਬੁੱਝ ਕੇ ਜਾਲ ਵਿੱਚ ਅੜੀ ਜਾਵਾਂ ਤੈਨੂੰ ਜ਼ੁਲਫਾਂ ਦੀ ਛਾਂ ਕਰਨੀ ਤੈਨੂੰ ਜ਼ੁਲਫਾਂ ਦੀ ਛਾਂ ਕਰਨੀ ਹੱਸ ਕੇ ਤੂੰ ਦਿਲ ਮੰਗਿਆ ਅਸੀਂ ਜਿੰਦ ਤੇਰੇ ਨਾ ਕਰਨੀ ਅਸੀਂ ਜਿੰਦ ਤੇਰੇ ਨਾ ਕਰਨੀ ਬੜੀ ਸਾਲੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਐਂਡ ਮੇਰੀ ਪੂਰੀ ਟੀਮ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਵੈਲਕਮ ਸੋ ਚੰਡੀਗੜ੍ਹ ਪ੍ਰੈਸ ਇੱਕ ਮਾਮਲੇ 'ਚ ਬਹੁਤ ਬਹੁਤ ਜ਼ਿਆਦਾ ਅੱਗੇ ਹੈ ਅਗਰ ਅਸੀਂ ਬਾਕਸ ਆਫਿਸ ਕਲੈਕਸ਼ਨਸ ਦੀ ਗੱਲ ਕਰਦੇ ਹਾਂ ਅਤੇ ਜਿੰਨੀ ਵੀ ਕਲੈਕਸ਼ਨ ਅਸੀਂ ਪੰਜਾਬ ਟੈਰੀਟਰੀ ਦੀ ਕਾਊਂਟ ਕਰਦੇ ਹਾਂ ਈਵਨ ਚੰਡੀਗੜ੍ਹ ਪੰਜਾਬ ਟੈਰੀਟਰੀ 'ਚ ਅਸੀਂ ਗਿਣਦੇ ਹਾਂ ਐਜ ਫਾਰ ਐਜ ਫਿਲਮ ਬਿਜ਼ਨਸ ਇਜ਼ ਕੰਸਰਨ ਸੋ 20% ਆਫ ਦਾ ਟੋਟਲ ਕਲੈਕਸ਼ਨ ਕਮਸ ਫਰੋਮ ਚੰਡੀਗੜ੍ਹ ਓਨਲੀ ਇਹ ਜਸਟ ਬਿਕੋਜ਼ ਕਿ ਤੁਹਾਡੇ ਲੋਕਾਂ ਦਾ ਐਫਰਟ ਹੈ ਤੁਸੀਂ ਲੋਕਾਂ ਨੂੰ ਮੈਸੇਜ ਦਿੰਦੇ ਹੋ ਕਿ ਯਾਰ ਇੱਕ ਪਿਕਚਰ ਲੱਗ ਰਹੀ ਹੈ ਪਿਕਚਰ ਬਹੁਤ ਵਧੀਆ ਅਤੇ ਤੁਸੀਂ ਦੇਖਣ ਜਾਇਓ ਸੋ ਕਲੈਕਸ਼ਨਸ ਅਤੇ ਪੰਜਾਬੀ ਸਿਨੇਮਾ ਦੇ ਸਰਵਾਈਵਲ ਚੰਡੀਗੜ੍ਹ ਪ੍ਰੈਸ ਦਾ ਬਹੁਤ ਵੱਡਾ ਹੱਥ ਹੈ ਅਗੇਨ ਇੱਕ ਵਾਰੀ ਮੇਰੀ ਪੂਰੀ ਟੀਮ ਵੱਲੋਂ ਤੁਹਾਡਾ ਥੈਂਕ ਯੂ ਅਤੇ ਪਲੀਜ਼ ਜਿਸ ਤਰ੍ਹਾਂ ਸਾਰੀਆਂ ਫਿਲਮਸ ਨੂੰ ਤੁਸੀਂ ਸਪੋਰਟ ਕੀਤਾ ਅਗੇਨ 13 ਜੁਲਾਈ ਵਧਾਈਆਂ ਜੀ ਵਧਾਈਆਂ ਸੋ ਉਸੇ ਤਰ੍ਹਾਂ ਦੀ ਤੁਹਾਡੇ ਤੋਂ ਐਕਸਪੈਕਟੇਸ਼ਨਸ ਨੇ ਸਾਨੂੰ ਹੁਣ ਮੈਂ ਅਤੁਲ ਜੀ ਅਤੇ ਅਮਿਤ ਜੀ ਨੂੰ ਕਹਾਂਗਾ ਕਿ ਪਲੀਜ਼ ਆਪਣੇ ਵਿਚਾਰ ਸ਼ੇਅਰ ਕਰਨ ਤੁਹਾਨੂੰ ਥੈਂਕ ਯੂ ਸੋ ਮਚ ਵਨ ਬਾਏ ਵਨ ਅਤੁਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿੱਦਾਂ ਬਿਨੂ ਭਾਅ ਜੀ ਨੇ ਕਿਹਾ ਇਹ ਸਾਡੀ ਕੰਪਨੀ A&A ਐਡਵਾਈਜ਼ਰ ਦੀ ਦੂਜੀ ਫਿਲਮ ਪ੍ਰੋਡਕਸ਼ਨ ਹੈ ਕੈਰੀ ਓਨ ਜੱਟਾਂ ਨੂੰ ਤੁਸੀਂ ਸਾਰਿਆਂ ਨੇ ਬਹੁਤ ਸਪੋਰਟ ਕੀਤਾ ਵਧਾਈਆਂ ਜੀ ਵਧਾਈਆਂ ਫਿਲਮ ਮੈਂ ਦੇਖੀ ਹੈ ਫਿਲਮ ਬਹੁਤ ਵਧੀਆ ਬਣੀ ਹੈ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਹ ਫਿਲਮ ਨੂੰ ਵੀ ਪੂਰਾ ਸਪੋਰਟ ਕਰੋਗੇ ਥੈਂਕ ਯੂ ਜੀ ਥੈਂਕ ਯੂ ਅਮਿਤ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਇਸ ਲਈ ਨਹੀਂ ਕਹੂੰਗਾ ਕਿ ਇਹ ਫਿਲਮ ਅਸੀਂ ਬਣਾਈ ਹੈ ਬਟ ਅਕੋਰਡਿੰਗ ਟੂ ਮੀ ਮੈਂ ਇਸ ਤੋਂ ਫਨੀ ਮੂਵੀ ਅੱਜ ਤੱਕ ਨਹੀਂ ਦੇਖੀ ਤੁਹਾਡੇ ਸਾਰਿਆਂ ਨੂੰ ਵੀ ਇਹ ਬਹੁਤ ਪਸੰਦ ਆਊਗੀ ਥੈਂਕ ਯੂ ਫੋਰ ਕਮਿੰਗ ਥੈਂਕ ਯੂ ਐਵਰੀਵਨ ਕੁਐਸਚਨਸ ਐਨੀਵਨ ਪਹਿਲਾਂ ਰਾਵਲ
कविता से क्वेश्चन है, कविता इम्प्रोवाइज कर रहे हैं, इम्प्रोवाइजेशन हम घर पे करते हैं। आपकी जो एक्टिंग है वो पंजाबी में, हिंदी में तो बहुत बाकमल देखी है हमने सब, पंजाबी में इम्प्रूव होती जा रही है, इसके बारे में कुछ? थैंक यू वेरी मच। ज़्यादा एक्चुअली यहाँ पंजाबी स्क्रिप्ट में एक्टिंग का स्कोप कम ही होता है लड़कियों के लिए। आई होप आई कैन चेंज दिस। ननकाना की थी क्योंकि उसमें था करने के लिए नॉट जस्ट लुकिंग प्रिटी और बींग द क्विंटेसेंशियल पंजाबी हीरोइन, लेकिन परफॉर्मेंस एक्टिंग का एक बहुत स्कोप था। दैट वॉज माई मेन रीजन फॉर डूइंग दैट फिल्म। ऑफकोर्स बहुत ज़रूरी होता है कमर्शियल पॉट बॉयलर मसाला फिल्मों का हिस्सा बनना, इट पुट्स यू ऑन अ नाइस व्हाट डू यू से मैप ऑफ द एंटरटेनमेंट इंडस्ट्री ऑफ पंजाब। बट येस आई मिस जो रोल्स मैं करती आई हूँ, देयर हैज बीन अ लॉट ऑफ कंटेंट, टेलीविजन तो विमेन बैक्ड ही होता है। सो हेंस फॉर्थ आई एम लुकिंग एट जहाँ मैं और अपनी एक्टिंग का जौहर दिखा पाऊँ। थैंक्स। एनीवन एल्स? My question is to the new producer in our industry, Mr. Atul Bhalla and Mr. Amit Bhalla. First of all, vadhaiyan ji vadhaiyan, carry on Jatta 2 de success le. And secondly, I wanted to know that your first film, Carry on Jatta 2, was a comedy. This is also going to be a comedy. So are you making comedies just to be safe in the business, or did you really like the script of this film? Ma'am, it's not the question of being safe. It's just that Sumeet Paji is he's famous for this genre, and Carry on Jatta 2, everybody loved it. It has broken all the records. As far as this movie is concerned, as I said earlier, I've seen the movie and the movie is really nice. And the problem is, if we come up with a movie which has a message in it, the normal public, the audience, they don't support. So end of the day, if the producer has to put in money, we need returns as well. So that is the reason. And moreover, Sumeet Paji is like family, and when he narrated the subject to us, we immediately came on board. All right, thank you. Anybody else? Ladi ji? Yeah. At the very onset, I would like to ask a question from Mr. Atul Bhalla and Amit Bhalla. I would like to congratulate you for the massive success of Carry on Jatta 2. Now, being a comedy movie again, what are your expectations from this movie, and do you think that this movie will surpass the benchmark that was set by Carry on Jatta 2, and if yes, then how?
And first of all, we should not compare this movie with Carry On Jatta. Carry On Jatta was a very big brand. This is a new movie. I've seen the movie. I'm very confident about the movie. And I'm sure everybody's going to love it. And in the evening, we are having a premiere. And you'll come to know tomorrow morning. Everybody's going to be positive about this movie. You just said that the movie has some message. Will you like to highlight what the message is? Ma'am, I've never said it has a message. It's a very good comedy movie, one loving movie. The entire family can watch it together. All right, thank you. Thank you. Anybody else? मैं किसी तो भी नहीं सीखा जी बस जेडे मतलब कोई ट्रेनिंग नहीं ली है जी नहीं ये गॉड गिफ्टेड ही है जी क्योंकि मैं सुनिया बहुत है बहुत कलाकारों चंगियां सुनिया जी इसे करके सुन सुन के सीख लिया उन्होंने पर मैं रस्मी तौर पर पिछले तीन साल पहला साइंस होर जी अपना उस्ताद धारिया जी कैनेडा के बट तलीम उन्होंने तो नहीं सीखी गई तो जिन्ना क भी मतलब उन्होंने सुन सुन के सीख सकें कोशिश करदा बाकी पहला माणक साहब होना सदीक साहब गुरदास मान जी उन्होंने सुन सुन के सीखी चलो थैंक यू जी ये तो बहुत बड़ा कॉम्प्लीमेंट है जी मेरे लिए थैंक यू सो मच एनीबडी एल्स ओके सुमित जी हाँ जी हाँ जी जिस तरह की आम चर्चा हैगी है कि जिन्हें भी हासरस फिल्म आ रही ने उन्होंने एक तुम ब्रांड बन चुके हो पर एक ये भी गल आ रही है भी तुम जी स्क्रिप्ट होंगी है ज कहानी है भी उसू सैट के मुताबिक अपने मुताबिक भी वो कुछ तब्दीली करते हो ये कितों तक सही है तब्दीली मतलब ऑन द स्पॉट देखो जी कॉमेडी फिल्मों की ऑन द स्पॉट तब्दीली होंगी है फिर या तो हुई किसी दी फिल्म में खराब कर रहा हूं ਤੁਹਾਡੇ ਸਕ੍ਰਿਪਟ ਦੀ ਗੱਲ ਕਰ ਰਹੇ ਤੁਹਾਡੇ ਸੀ ਹਾਂ ਆਪ ਜੇ ਹਾਂਜੀ ਹਾਂਜੀ ਉੱਤੇ ਸੈੱਟ ਦੇ ਉੱਤੇ ਰਿਹਰਸਲ ਦੇ ਅੰਦਰ ਜੇ ਕੋਈ ਚੰਗੀ ਚੀਜ਼ ਐਕਟਰਸ ਤੋਂ ਮਿਲ ਰਹੀ ਹੈ ਜਾਂ ਕਿਸੇ ਤੋਂ ਵੀ ਮਿਲਦੀ ਹੈ ਤੇ ਉਹ ਇਨਕੋਰਪੋਰੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੀ ਜੇ ਕੋਈ ਵਧੀਆ ਚੀਜ਼ ਹੈਗੀ ਹੈ ਉਹ ਮੈਂ ਕੋਈ ਉਹ ਨਹੀਂ ਹੈਗਾ ਜੀ ਰਿਜਿਡ ਨਹੀਂ ਹੈਗਾ ਕਿ ਜੋ ਲਿਖਿਆ ਉਹੀ ਬੋਲਣਾ ਜੇ ਕੋਈ ਵਧੀਆ ਚੀਜ਼ ਕਿਸੇ ਤੋਂ ਵੀ ਮਿਲਦੀ ਹੈ ਜ਼ਰੂਰ ਲੈਣਾ ਜੀ ਸਫਲਤਾ ਦਾ ਕਾਰਨ ਇਹੀ ਹੈ ਸਫਲਤਾ ਦਾ ਹੁਣ ਪਤਾ ਨਹੀਂ ਜੀ ਬਸ ਆ ਵੀ ਹਾਂ ਕੰਮ ਤਾਂ ਐਂ ਕਰੀਦਾ ਜੀ मिलना शुरू कर दें जे थोनू लगता के कोई एक्टर औखा ओदे नाल चाह पियो और वापस आ जाओ कहो जी कहानी डिवेलप नहीं हो रही आपां बाद च काम करांगे नहीं नहीं ऑन सेट लेके ना जाओ फिर जे औखा हाँ जे कोई बंदा बाद दे अंदर ठीक नहीं हैगा फिर अगे वधिया रिलेशन बना के रखो ते कि बहुत वधिया लगे जी करदे हां तो इस तरह हम ये तो डिप्लोमेट नहीं हैगा सीधी गल है नाले पाजी दी सेहत लग देख के लगदा वी इहनां नूं तंग कर दूंगा नहीं लगदा चाह ज्यादा पी लिया नाले हासे वाली फिल्म बनाई दी जी उते माहौल हासे वाला ही रहिंदा लाइट जिहा रहिंदा कोई तंग नहीं करदा सारे फ्रेंडली ने हां जी कोई अज तक तां होया नहीं है यही तंग करदे नहीं सवेरे सत्रे ब्लॉग दे नाल रात नूं छड्डदे आ सारे एनीबडी एल्स ये क्वेश्चन पूछो भाजी दो तुसी इत्थे बैठे जाओ ਤੁਹਾਡੀ ਕੋਈ ਤੁਹਾਡੇ ਤੋਂ ਤੁਹਾਡੀ ਕੋਈ ਐਦਾਂ ਦੀ ਮੈਮਰੀ ਰਹੀ ਹੈ ਸਟਰਗਲਿੰਗ ਟਾਈਮ ਦੀ ਜਿਹਨੂੰ ਮਤਲਬ ਜਿਹਦਾ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਹੋਵੇ ਔਰ ਜੋ ਤੁਸੀਂ ਭੁੱਲ ਨਹੀਂ ਸਕਦੇ ਕਦੇ ਜੀ ਵੀਰੇ ਇੱਕ ਹੈਗੀ ਹੈ ਜੀ ਪਰ ਅੱਜ ਤਾਂ ਮੈਂ ਦੱਸੀ ਨਹੀਂ ਕਿਤੇ ਪਰ ਦੱਸ ਦਿੰਦਾ ਜੀ ਇੱਕ ਸਟਰਗਲਿੰਗ ਪੀਰੀਅਡ ਦੇ ਜਦੋਂ ਮੈਂ ਥੀਏਟਰ ਕਰਦਾ ਸੀ ਥੀਏਟਰ ਤੋਂ ਬਾਅਦ ਮੈਨੂੰ ਹੁਣ 20 ਸਾਲ ਹੋ ਗਏ ਲੱਗੇ ਨੂੰ ਇਸ ਇੰਡਸਟਰੀ 'ਚ ਤਾਂ ਉਦੋਂ ਸੀਰੀਅਲ ਚੱਲੇ ਸੀਗੇ ਸੀਰੀਅਲਸ ਵੀ ਬਹੁਤ ਵੱਡੀ ਗੱਲ ਸੀ 750 ਰੁਪਇਆ ਮਿਲਦਾ ਹੁੰਦਾ ਸੀਗਾ ਤਾਂ ਸੀਰੀਅਲਸ ਜਿਹੜੇ ਚੱਲਦੇ ਸੀਗੇ ਉਹ ਫਿਕਸ਼ਨ ਸਾਰੇ ਜਿੰਨੇ ਚੈਨਲ ਸੀਗੇ ਉਹ ਡਿਵਰਟ ਹੋ ਗਏ ਮਿਊਜ਼ਿਕ ਚੈਨਲਸ ਦੇ ਵਿੱਚ ਅਤੇ ਕੰਮ ਬਿਲਕੁਲ ਬੰਦ ਹੋ ਗਿਆ ਜੀ ਤਾਂ ਕਈ ਫਰੈਂਡ ਸਰਕਲ ਦੇ ਵਿੱਚ ਬੜੇ ਵੱਡੇ ਵੱਡੇ ਬੰਦੇ ਸੀਗੇ ਬੜੀ ਸਪੋਰਟ ਕਰਨ ਵਾਲੇ ਸੀਗੇ ਪਰ ਇੱਦਾਂ ਦੇ ਵੀ ਫਰੈਂਡ ਮਿਲੇ ਜਿਹੜੇ ਅੱਖਾਂ ਹੀ ਫੇਰ ਕੇ ਤਾਂ ਉਹਨਾਂ ਨੇ ਇੱਕ ਦੋ ਨੇ ਮੈਨੂੰ ਆ ਕੇ ਕਿਉਂਕਿ ਮੈਂ ਕਿਰਾਏ 'ਤੇ ਰਹਿੰਦਾ ਸੀਗਾ ਪਟਿਆਲੇ ਤਾਂ ਵਿੱਚੋਂ ਇੱਕ ਦੋ ਨੇ ਮੈਨੂੰ ਆ ਕੇ ਇੱਦਾਂ ਕਿਹਾ ਵੀ ਹੁਣ ਤੂੰ ਜਾ ਕੇ ਘਰੇ ਧੂਰੀ ਚਲਾ ਜਾ ਉਹਦੇ 'ਤੇ ਕੁਛ ਵੀ ਨਹੀਂ ਲੱਗਣਾ ਧੂਰੀ ਜਾ ਕੇ
ਪ੍ਰੋਪਰਟੀ ਦੀ ਦੁਕਾਨ ਖੋਲ੍ਹ ਲੈ, ਉਹਦੇ ਵਾਸਤੇ ਇੱਕ ਮੇਜ਼ ਚਾਹੀਦਾ ਹੁੰਦਾ, ਦੋ ਕੁਰਸੀਆਂ ਚਾਹੀਦੀਆਂ ਹੁੰਦੀਆਂ ਨੇ, ਜਦੋਂ ਸੈੱਟ ਹੋਇਆ ਫਿਰ ਦੇਖਾਂਗੇ ਆਪਾਂ, ਫਿਲਹਾਲ ਤੂੰ ਉੱਥੇ ਕੰਮ ਕਰ। ਉਸ ਚੀਜ਼ ਨੇ ਮੈਨੂੰ ਮੋਟੀਵੇਸ਼ਨ ਦਿੱਤੀ ਵੀ ਕੰਮ ਤਾਂ ਕਰਨਾ, ਫਿਰ ਕਰਕੇ ਦਿਖਾਉਣਾ ਹੈ ਨਾ, ਉਸ ਚੀਜ਼ ਤੋਂ ਮੋਟੀਵੇਟ ਹੋ। ਵਧਾਈਆਂ ਜੀ, ਵਧਾਈਆਂ। ਮੈਨੂੰ ਬੜੀ ਖੁਸ਼ੀ ਹੈ ਵੀ ਅੱਜ ਦੇ ਅੱਛੇ ਦਿਨਾਂ ਵਿੱਚ ਵੀ ਤੁਸੀਂ ਆਪਣਾ ਇਹੋ ਜਿਹੀ ਫਿਲਮ ਲੈ ਕੇ ਆਏ ਹੋ ਤਾਂ ਲੋਕਾਂ ਨੂੰ ਆਪਣੀ ਥੋੜ੍ਹੀ ਜਿਹੀ ਰਿਲੀਫ ਮਿਲੇਗਾ। ਇਹ ਪਿੱਛੇ ਇੱਕ ਹਾਲ 'ਚ ਫਿਲਮ ਆਈ ਸੀਗੀ ਮੁੰਡੇ ਕਮਾਲ ਦੇ, ਉਹ ਫਿਲਮ 'ਚ ਤੁਹਾਡਾ ਵੀ ਕਿਰਦਾਰ ਸੇਮ ਸੀਗਾ, ਉਸ ਫਿਲਮ ਔਰ ਇਸ ਫਿਲਮ 'ਚ ਤੁਹਾਡੀ ਕਿੰਨੀ ਸਿਮਿਲਰਿਟੀ ਆ ਔਰ ਰੋਲ ਕਰਨ 'ਚ ਤੁਹਾਨੂੰ ਇਹ ਕਿੰਨਾ ਸੌਖਾ ਰਹੇਗਾ? ਰੋਲ ਕਰਨਾ ਤਾਂ ਹਰੇਕ ਪਿਕਚਰ ਦੇ ਵਿੱਚ ਅਲੱਗ ਹੁੰਦਾ ਜੀ, ਕਿਉਂਕਿ ਕਰੈਕਟਰ ਬਿਲਕੁਲ ਅਲੱਗ ਹੈ ਨਾ ਜੀ। ਤਾਂ ਹਾਂ, ਉਹ ਕਰੈਕਟਰ ਹਾਂ ਉਦਾਂ ਹੈਗਾ ਜੀ, ਉਹ ਉਸ ਮੈਂ ਬਲਾਈਂਡ ਦਾ ਕਰੈਕਟਰ ਕੀਤਾ ਸੀ, ਇਹਦੇ 'ਚ ਮੈਂ ਅੱਧੀ ਫਿਲਮ ਦੇ ਵਿੱਚ ਜਾ ਕੇ ਕਰੈਕਟਰ ਮੇਰਾ ਇੱਦਾਂ ਹੁੰਦਾ ਜੀ, ਕੋਈ ਇੰਸੀਡੈਂਟ ਇੱਦਾਂ ਦਾ ਹੁੰਦਾ ਜਿੱਥੇ ਜਾ ਕੇ ਮੈਨੂੰ ਮੇਰੀਆਂ ਅੱਖਾਂ ਚਲੀ ਜਾਂਦੀਆਂ ਨੇ ਜੀ। ਪਰ ਫਿਲਮ ਟੋਟਲੀ ਡਿਫਰੈਂਟ ਹੈ, ਕਨਸੈਪਟ ਬਿਲਕੁਲ ਡਿਫਰੈਂਟ ਹੈ। ਮੈਂ ਇਹ ਕਹਿਣਾ ਜੀ ਵੀ ਪੰਜਾਬੀ ਇੰਡਸਟਰੀ 'ਚ ਤਾਂ ਕੀ, ਹਿੰਦੀ ਇੰਡਸਟਰੀ 'ਚ ਵੀ ਇਹਦੇ ਨਾਲ ਦਾ ਸਬਜੈਕਟ ਨਹੀਂ ਆਇਆ ਹੋਣਾ ਜੀ। ਉਹ ਤਾਂ ਫਾਰਮੂਲਾ 'ਚ ਨਹੀਂ ਇਸਤੇਮਾਲ ਹੋਇਆ ਜੋ ਉੱਥੇ ਸੀਗਾ, ਹੈ ਜੀ? ਉਹ ਫਾਰਮੂਲਾ 'ਚ ਤੁਸੀਂ ਯੂਜ਼ ਨਹੀਂ ਕਰ? ਨਹੀਂ ਨਹੀਂ, ਉਹ ਟੋਟਲ ਡਿਫਰੈਂਟ ਹੈ ਜੀ, ਇਹ ਟੋਟਲੀ ਡਿਫਰੈਂਟ ਹੈ। ਧੰਨਵਾਦ, ਥੈਂਕ ਯੂ ਸੋ ਮਚ ਭਾਅ ਜੀ। ਮੇਰੇ ਖਿਆਲ ਤੋਂ ਠੀਕ ਹੈ ਜੀ। ਮੋਰ ਕੁਐਸਚਨਸ? ਇੱਕ ਫੋਟੋਗ੍ਰਾਫ ਕਰਨੀ ਹੈ ਆਪਾਂ ਟੀ-ਸ਼ਰਟਸ ਦੇ ਨਾਲ, ਜਸਟ ਵਨ ਫੋਟੋਗ੍ਰਾਮ ਵਿਦ ਦੀ ਐਂਟਾਇਰ ਟੀਮ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ, ਤੇ ਪਲੀਜ਼ ਥੈਂਕ ਯੂ ਐਵਰੀਵਨ, ਸਾਨੂੰ ਸਾਡੀ ਫਿਲਮ ਨੂੰ ਸਾਨੂੰ ਸਪੋਰਟ ਕਰਿਓ ਜੀ, ਥੈਂਕ ਯੂ ਸੋ ਮਚ ਐਂਡ ਗੋਡ। ਇੱਕ ਫੋਟੋਗ੍ਰਾਫ ਕਰਨ ਤੋਂ ਬਾਅਦ ਵਿਲ ਡੂ ਦ ਬਾਈਟਸ। ਪਾਜੀ ਉਹ ਤਾਂ ਤੁਸੀਂ ਹੋ ਕਰ ਅਸੀਂ ਪੁੱਤ ਹਾਂ ਜੱਗੀ।